ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਅੱਜ ਆਪਣੇ ਸਰਪੰਚ ਸਾਹਿਬ, ਮੈਂ ਅਤੇ ਬਾਈ ਜਗਦੇਵ ਪਿੰਡ ਪਹੁੰਚੇ ਹਾਂ ਜੀ। ਆਪਾਂ ਲੰਗਿਆਣੇ, ਜੋ ਕਿ ਜ਼ਿਲ੍ਹਾ ਮੋਗਾ ਦੇ ਵਿੱਚ ਪੈਂਦਾ। ਇੰਟਰਵਿਊ ਤਾਂ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਸਮਾਂ ਸਾਡੇ ਕੋਲ ਘੱਟ ਹੈ। ਆਪਾਂ ਨੰਬਰਦਾਰ ਸਾਹਿਬ ਜਗਦੇਵ ਸਿੰਘ, ਇਹਨਾਂ ਦਾ ਨਾਂ, ਇਹਨਾਂ ਨੂੰ ਮਿਲਣ ਵਾਸਤੇ ਆਏ ਸੀ, ਜੋ ਕਿ ਕਾਫੀ ਬਾਈ ਜੀ ਸਰਪੰਚ ਸਾਹਿਬ ਅਤੇ ਜਗਦੇਵ ਦੇ ਫਰੈਂਡ ਹੈ। ਅਤੇ ਥੋੜ੍ਹਾ ਜਿਹਾ ਮੌਕਾ ਮਿਲਿਆ ਇਹਨਾਂ ਦੇ ਕਬੂਤਰ ਵੇਖਣ ਦਾ। ਗੱਲਾਂ ਬਾਤਾਂ ਥੋੜ੍ਹੀਆਂ ਜਿਹੀਆਂ ਅਤੇ ਕਬੂਤਰਾਂ ਦੀ ਝਲਕ ਮਾੜੀ ਜਿਹੀ ਮਰਾਉਂਦੇ ਆ ਜੀ। ਅਤੇ ਆਹ ਦੇਖੋ ਜੀ, ਥੋੜ੍ਹੇ ਜਿਹੇ ਕਬੂਤਰ ਇਹਨਾਂ ਦੇ, ਸ਼ਹਿਰੀ ਟਾਈਪ ਕਬੂਤਰ ਆ ਜੀ, ਕਾਲਸਰੇ। ਖਾਸ ਗਿਫਟ ਤੁਹਾਨੂੰ ਕਬੂਤਰ ਦਿਖਾਇਆ ਹੀ ਹੈ, ਉਹਦੀ ਇਹ ਸਾਰੀ ਨਸਲ ਹੈ। ਜੋ ਕਿ ਇਹ ਇੰਟਰਵਿਊ ਆਪਣੇ ਹੇਅਰ ਰਿਕਾਰਡ ਯੂਟਿਊਬ ਚੈਨਲ 'ਤੇ ਆ ਰਹੀ ਹੈ। ਪਲੀਜ਼ ਇਹਨੂੰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਜੀ। ਧੰਨਵਾਦ ਸਾਰੇ ਦੋਸਤਾਂ ਦਾ, ਥੈਂਕ ਯੂ। ਲਓ ਜੀ, ਇਹ ਹਨ ਨੰਬਰਦਾਰ ਸਾਹਿਬ ਦੇ ਕਬੂਤਰ। ਬਹੁਤ ਨੀਵੇਂ ਉੱਡਦੇ ਆ ਜੀ ਕਬੂਤਰ ਇਹ ਦੇਖਣ ਨੂੰ। ਆਹ ਦੇਖੋ, ਜਿਵੇਂ ਪਾਕਿਸਤਾਨੀ ਕਲਸਰਾ ਹੁੰਦਾ, ਇਹਨੂੰ ਟੈਡੀ ਵੀ ਬੋਲ ਦਿੰਦੇ ਆ, ਉਸ ਤਰ੍ਹਾਂ ਦੇ ਕਬੂਤਰ ਤੁਹਾਨੂੰ ਦੇਖਣ ਨੂੰ ਮਿਲ ਰਹੇ ਆ। ਪਰ ਕਬੂਤਰ ਬਹੁਤ ਹੀ ਜ਼ਿਆਦਾ ਨੀਵੇਂ ਉੱਡਦੇ ਆ ਜੀ, ਇਹ ਬਿਲਕੁਲ ਨੀਵੇਂ। ਆਂਡੇ ਬੱਚੇ ਲਾ ਰਹੇ ਨੇ, ਜਿਹੜਾ ਬਾਹਲਾ ਡਾਵਾ ਤੁਸੀਂ ਬੱਚੇ ਜੋ ਨੰਬਰਦਾਰ ਸਾਹਿਬ ਨੇ ਪਾਏ ਸੀ ਆਪਦੇ ਪਿੰਜਰਿਆਂ ਦੇ ਵਿੱਚ, ਉਹਨਾਂ ਨੂੰ ਦਾਣਾ ਪਾਣੀ ਦੀ ਖੁੱਡੇ ਦੇ ਵਿੱਚ ਛੱਡ ਰਹੇ ਆ ਜੀ। ਹੁਣ ਇਹਦੇ ਨਾਲ ਦਾ ਲਾਲ ਜਿਹਾ ਵੀ ਗਿਆ ਇੱਕ ਰਸਤਾ। ਲਓ ਜੀ, ਇੱਕ ਕਬੂਤਰ ਹੋਰ ਲੈ ਕੇ ਆਏ ਹੈ ਨੰਬਰਦਾਰ ਸਾਹਿਬ। ਅਤੇ ਨਾਲ ਆਪਣੇ ਦੱਸ ਦਈਏ ਸਾਡੇ ਛੋਟੇ ਵੀਰ ਮਿੰਕੂ ਕੁੰਡਲ, ਸਰਪੰਚ ਆ ਉੱਥੋਂ ਦੇ ਕੁੰਡਲ ਪਿੰਡ ਦੇ, ਖਬੋਰ ਦੇ ਨੇੜੇ। ਅਤੇ ਨਾਲ ਹੀ ਤੁਸੀਂ ਜਾਣਦੇ ਹੋਵੋਗੇ ਜਗਦੇਵ ਭੰਗਾਲ ਤੋਂ।
ਜਿਨ੍ਹਾਂ ਨੇ ਗਾਣੇ ਵੀ ਲਿਖੇ ਕਬੂਤਰਾਂ 'ਤੇ, ਅਤੇ ਕਬੂਤਰਾਂ ਦੇ ਸ਼ੌਂਕੀ ਆ। ਭੰਗਾਲਾਂ ਬਾਜੀ ਬਹੁਤ ਵਧੀਆ ਹੁੰਦੀ ਹੈ। ਨਾਲ ਹੀ ਥੋੜ੍ਹੇ ਜਿਹੇ ਤੁਹਾਨੂੰ ਵਿਖਾਉਂਦੇ ਹਾਂ ਜੀ ਆਪਾਂ ਬੱਚੇ ਜੋ ਕਿ ਜਾਲਾਂ ਦੇ ਵਿੱਚ ਪਾਏ ਹੋਏ ਸੀ। ਥੋੜ੍ਹੇ ਜਿਹੇ ਬੱਚੇ ਵੀ ਦਿਖਾਉਂਦੇ ਹਾਂ ਜੀ। ਹਾਂਜੀ, ਕੁਛ ਕਹਿਣਾ ਚਾਹ ਰਹੇ ਸੀ ਸਰਪੰਚ ਸਾਹਿਬ? ਹਜ਼ਾਰ ਵਾਲਿਆਂ 'ਚ ਜੀ ਨੰਬਰ ਥੋੜ੍ਹਾ ਜਿਹਾ ਕਲੋਜ਼ ਕਰਕੇ ਇੱਕ ਵਾਰੀ ਆਪਾਂ ਦਿਖਾ ਦਈਏ ਜੀ, ਹਜ਼ਾਰ ਵਾਲੇ ਪਿਓਰ, ਕਿਉਂਕਿ ਨੰਬਰਦਾਰ ਸਾਹਿਬ ਕੋਲ ਮੌਜੂਦ ਆ ਜੀ ਹਜ਼ਾਰ ਵਾਲੇ ਵੀ। ਹਾਂਜੀ, ਜਾਨਵਰ ਇਹਨਾਂ ਦੇ ਬਹੁਤ ਠੰਡੇ ਜੀ, ਭੱਜਦੇ ਨਹੀਂ ਆਮ ਬਾਜੀਆਂ ਤੋਂ, ਨਹੀਂ ਜਾਨਵਰ ਗਰਮ ਉੱਡਦਾ ਜ਼ਿਆਦੇ ਜੀ। ਇੱਕ ਜੋੜਾ ਹੋਰ ਲੈ ਕੇ ਆਇਆ ਨੰਬਰਦਾਰ ਸਾਹਿਬ, ਇਹਨਾਂ ਦੀ ਕੀ ਖਾਸੀਅਤ ਹੈ ਜੀ? ਬਾਈ ਡੇਵਿਡ ਦਾ ਭਰਾ ਹੀ ਹੈ ਜੀ। ਆਪਾਂ ਇੱਕ ਵਾਰੀ ਇਹਨਾਂ ਨੂੰ ਕਲੋਜ਼ ਕਰਕੇ ਥੋੜ੍ਹਾ ਜਿਹਾ ਵਿਖਾ ਦਈਏ, ਤਾਂ ਕਿ ਇਹਨਾਂ ਦੀ ਜੋ ਅੱਖ ਹੈ, ਇਹਨਾਂ ਦਾ ਰੰਗ ਹੈ। ਦੂਜਾ ਵੀ ਥੋੜ੍ਹਾ ਜਿਹਾ ਸਾਹਮਣੇ ਕਰੋ ਕੈਮਰੇ ਦੇ। ਅਤੇ ਇਹ ਜੀ ਬਾਈ ਦੇ ਚੀਨੇ ਮਸ਼ਹੂਰ, ਇਹ ਚੀਨੇ ਆਪਣੇ ਜਿਹੜੇ, ਇਹ ਚੀਨੇ ਨੂੰ ਫੜ ਕੇ ਰੱਖੋ ਜੀ ਚੰਗੀ ਤਰ੍ਹਾਂ। ਮੈਨੂੰ ਬਣਾ ਦਿਓ, ਲਓ ਜੀ ਆਹ ਨੰਬਰਦਾਰ ਸਾਹਿਬ ਦੇ ਆ ਚੀਨੇ, ਖੱਟੀਆਂ ਅੱਖਾਂ, ਬਹੁਤ ਹੀ ਮਸ਼ਹੂਰ ਇਹਨਾਂ ਦੇ ਚੀਨੇ ਕਬੂਤਰ ਹੈ। ਦੱਸਦੇ ਆ ਕਿ ਕਾਫੀ ਖਿਡਾਰੀ ਇਹਨਾਂ ਕੋਲੋਂ ਇੱਥੇ ਕਬੂਤਰ ਲੈਣ ਆਉਂਦੇ ਆ, ਅਤੇ ਕਾਫੀ ਖਿਡਾਰੀ ਵੀਰਾਂ ਨੂੰ ਇਹਨਾਂ ਨੇ ਕਬੂਤਰ ਦਿੱਤੇ ਵੀ ਆ। ਜਿਹਨੂੰ ਵੀ ਦਿੱਤੇ ਆ ਕਬੂਤਰ ਬਹੁਤ ਵਧੀਆ ਉੱਡੇ ਆ। ਇਸ ਤਰ੍ਹਾਂ ਕਾਲੇ ਬੱਚੇ ਵੀ ਕੱਢਦੇ ਆ ਜੀ, ਬਿਲਕੁਲ ਸਫੈਦ ਕਾਲਾ। ਹਾਂਜੀ ਜੀ, ਇਸ ਤਰ੍ਹਾਂ ਕਾਲੇ ਵੀ ਕੱਢ ਜਾਂਦੇ ਬਿਲਕੁਲ। ਲਓ ਜੀ, ਇਹ ਬਿਲਕੁਲ ਕਾਲਾ ਬੱਚਾ ਡੇਵਿਡ ਚੋਂ ਹੈ ਵੀ ਜੀ। ਹਾਂ, ਡੇਵਿਡ ਚੋਂ ਹੀ, ਡੇਵਿਡ ਚੋਂ ਹੈ ਜੀ, ਬਿਲਕੁਲ ਡੇਵਿਡ ਦੇ ਚਾਚੇ ਦਾ ਤੇ ਡੇਵਿਡ ਦੀ ਭੈਣ ਦਾ ਜੀ। ਤੇ ਕਰੀਬ ਕਿੰਨੀਆਂ ਬਾਜੀਆਂ ਛੱਡ ਦਿੰਦੇ ਹੋ ਤੁਸੀਂ? ਛੱਡ ਹੀ ਦਿੰਦੇ ਹਾਂ ਕੋਈ 30-40 ਦਿਨ ਜੀ। ਨਾਲ ਅੱਜ ਆਪਣੇ ਵੀਰ ਆਏ ਹੋਏ ਆ ਸਰਪੰਚ ਮਿੰਕੂ ਕੁੰਡਲ, ਇਹਨਾਂ ਨਾਲ ਕਾਫੀ ਤੁਹਾਡੀ ਜਿਹੜੀ ਹੈਗੀ ਹੈ ਲਿਹਾਜ਼ ਰਹੀ ਹੈ। ਉਸ ਤੋਂ ਪਹਿਲਾਂ ਕਬੂਤਰ ਛੱਡਣ ਗਏ, ਆਪਾਂ ਕਰਦੇ ਹਾਂ ਜਗਦੇਵ ਜੀ ਨਾਲ ਗੱਲ। ਜਗਦੇਵ ਜੀ, ਤੁਸੀਂ ਆਹ ਕਬੂਤਰ ਕਿਹੜਾ ਫੜਿਆ ਹੋਇਆ ਹੱਥ 'ਚ? ਇਹ ਬਾਈ ਡੇਵਿਡ ਦਾ ਭਰਾ ਹੀ ਹੈ ਬਾਈ ਜੀ ਨੇ ਦੱਸਿਆ ਸੀ ਜਿਵੇਂ ਜੀ ਜੀ ਜੀ, ਮਤਲਬ ਸਾਰੇ ਇੱਕ ਨਸਲ 'ਚੋਂ ਹੀ ਬਾਈ ਦੇ ਨਸਲ 'ਚੋਂ ਹੀ ਆ ਜੀ। ਚੀਨੇ ਵੀ ਜ਼ਿਆਦਾ ਮਸ਼ਹੂਰ ਹੋਏ ਬਾਈ ਦੇ ਜਿਹੜੇ ਜੀ, ਅਤੇ ਆਹ ਡੇਵਿਡ ਦੇ ਮਤਲਬ ਸਾਰੇ ਡੇਵਿਡ 'ਚ ਹੀ ਆ, ਇੱਕੋ ਹੀ ਨਸਲ ਆ ਇਹ ਜੀ ਜੀ ਜੀ। ਲਓ ਜੀ, ਥੋੜ੍ਹਾ ਜਿਹਾ ਵਿਖਾਈਏ ਕਿ ਕਬੂਤਰ ਹੋਰ ਖੁੱਡਿਆਂ ਦੇ ਵਿੱਚੋਂ ਜੋ ਕਿ ਨੰਬਰਦਾਰ ਸਾਹਿਬ ਲੈ ਕੇ ਆ ਰਹੇ ਆ। ਨੰਬਰਦਾਰ ਸਾਹਿਬ, ਆਪਣੀ ਗੱਲ ਵਿੱਚ ਰਹਿ ਗਈ ਸੀ, ਡੇਵਿਡ ਦਾ ਭਰਾ ਹੀ ਹੈ। ਇੱਕ ਮਿੰਟ ਜੀ, ਆਪਣੀ ਪਹਿਲਾਂ ਗੱਲ ਥੋੜ੍ਹੀ ਜਿਹੀ ਵਿੱਚ ਰਹਿ ਗਈ ਸੀ, ਸਰਪੰਚ ਮਿੰਕੂ ਕੁੰਡਲ, ਹਾਂਜੀ ਇਹਨਾਂ ਨਾਲ ਤੁਹਾਡੀ ਦੋਸਤੀ ਪਈ, ਹਾਂਜੀ ਕੁਛ ਕਬੂਤਰ ਤੁਸੀਂ ਇਹਨਾਂ ਕੋਲ ਵੀ ਰੱਖੇ ਹੈ, ਹਾਂਜੀ ਹਾਂਜੀ, ਅਤੇ ਐਤਕੀ ਇਹਨਾਂ ਨੇ ਬਾਜੀਆਂ ਵੀ ਛੱਡੀਆਂ ਸੀ ਸਰਪੰਚ ਸਾਹਿਬ ਨੇ, ਅਤੇ ਬੜਾ ਨੇੜੇ ਨੇੜੇ ਜਾ ਕੇ ਦੂਜੀ ਚੌਥੀ ਬਾਜੀ 'ਚ ਇਹਨਾਂ ਨੇ ਹਾਰੇ ਹੈ, ਕਿਉਂਕਿ ਪਹਿਲਾਂ ਪਿਛਲੇ ਕੁਛ ਸਮੇਂ ਤੋਂ ਇਹਨਾਂ ਕੋਲ ਕੁਛ ਕਬੂਤਰ ਰੱਖੇ ਸੀ ਜੋ ਇਹਨਾਂ ਨੂੰ ਨਹੀਂ ਪਤਾ ਸੀ, ਅਤੇ ਐਤਕੀ ਤੁਹਾਡੇ ਕਬੂਤਰ ਆ ਜੋ ਇੱਕ ਖਿਡਾਰੀ ਤਾਂ ਨਹੀਂ ਹਾਲੇ ਪੂਰੀ ਤਰ੍ਹਾਂ, ਪਰ ਬਾਜੀਆਂ 'ਚ ਇਹਨਾਂ ਦਾ ਨੰਬਰ ਜ਼ਰੂਰ ਰਿਹਾ, ਮਿੰਕੂ ਕੁੰਡਲ ਦਾ ਨਾਂ ਰਿਹਾ, ਬਾਜੀ ਭਾਵਾਂ ਇੱਕ ਦੋ ਜਿੱਤੇ ਆ ਪਰ ਇਹਨਾਂ ਦਾ ਨਾਂ ਜ਼ਰੂਰ ਆਇਆ ਤੁਹਾਡੇ ਕਬੂਤਰਾਂ ਦੀ ਬਦੌਲਤ। ਨਹੀਂ, ਮਿਹਨਤ ਵੀ ਕਾਫੀ ਹੈ ਜੀ ਇਹਨਾਂ ਦੀ, ਮਿਹਨਤ ਬਹੁਤ ਜ਼ਿਆਦਾ ਜੀ, ਮਿਹਨਤ ਵੀ ਕਾਫੀ ਕਰਦੇ ਆ, ਚਲੋ ਕੋਈ ਨਹੀਂ, ਗੱਲ ਨੂੰ ਹੌਲੀ ਹੌਲੀ ਤਰੱਕੀ ਕਰ ਲੈਣਗੇ ਜੀ। ਅਤੇ ਤੁਸੀਂ ਹੁਣ ਇੱਕ ਮਿੰਟ ਆਓ ਜੀ ਇੱਧਰ, ਮੈਂ ਮਾੜੇ ਜਿਹੇ ਸਵਾਲ ਪੁੱਛਣੇ ਆ, ਇਹ ਤੁਸੀਂ ਕਬੂਤਰ ਮੈਨੂੰ ਫੜਾ ਦਿਓ, ਤੁਸੀਂ ਆ ਜਾਓ ਸਰਪੰਚ ਸਾਹਿਬ। ਹਾਂਜੀ, ਆਹ ਜਿਹੜਾ ਕਬੂਤਰ ਲੈ ਕੇ ਆਇਆ ਤੁਸੀਂ, ਇਹ ਕਿਹੜਾ ਲੈ ਕੇ ਆਏ ਹੋ? ਡੇਵਿਡ ਦੇ ਭਰਾ ਹੀ ਹੈ ਵੀ, ਇਹ ਵੀ ਡੇਵਿਡ ਦਾ ਭਰਾ। ਹਾਂਜੀ, ਲਓ ਜੀ, ਇਹ ਵੀ ਕਬੂਤਰ ਹੈ ਡੇਵਿਡ ਦਾ ਭਰਾ, ਇਹਦੀਆਂ ਅੱਖਾਂ ਥੋੜ੍ਹੀਆਂ ਜਿਹੀਆਂ ਜਿਹੜੀਆਂ ਹੈਗੀਆਂ ਜੀ ਫਿੱਕੀਆਂ, ਜਿਹੜੀ ਇਹਨਾਂ ਦੇ ਅੱਖ ਦੇ ਉੱਪਰ ਝਿੱਲੀ ਹੈ ਦੇਖੋ, ਆਹ ਇਹ ਵੀ ਬੜੀ ਨਰਮ ਜੀ ਅਤੇ ਪੋਲੀ ਜੀ ਹੈ, ਢਿਲਕਲੀ ਜੀ, ਅਤੇ ਉਹੀ ਜਿਹੜੀ ਇਹਦੇ ਨੋਕ ਹੈ ਉਹਦਾ ਰੰਗ ਹੈ ਸੇਮ ਹੀ। ਇਹ ਵੀ ਡੇਵਿਡ ਦਾ ਭਰਾ ਜੀ, ਡੇਵਿਡ ਦਾ ਭਰਾ। ਇਹ ਵੀ ਬਾਜੀ ਛੱਡਿਆ ਤੁਸੀਂ? ਨਹੀਂ, ਇਹ ਨਹੀਂ ਛੱਡਿਆ, ਰੋਕ ਲਏ ਬਾਅਦ ਸਾਰੇ ਰੋਕੀ ਗਏ ਕਬੂਤਰ, ਜਦੋਂ ਪੰਜ ਬਾਜੀਆਂ ਡੇਵਿਡ ਜਿੱਤ ਗਿਆ ਉਸ ਤੋਂ ਬਾਅਦ ਕਾਫੀ ਬੱਚੇ ਤੁਸੀਂ ਰੋਕੇ ਜੀ। ਇਸ ਤੋਂ ਇਲਾਵਾ ਆਹ ਬੱਚੇ ਨਿਕਲੇ ਹੋਏ ਹੈ, ਹਾਂਜੀ, ਇਹ ਵੀ ਆਉਣ ਵਾਲੇ ਸਮੇਂ 'ਚ ਤੁਸੀਂ ਬਾਜੀਆਂ ਛੱਡੋਗੇ? ਹਾਂਜੀ ਹਾਂਜੀ। ਇਹ ਵੀ ਡੇਵਿਡ ਦੀ ਨਸਲ 'ਚੋਂ ਹੈ? ਡੇਵਿਡ ਦੀ ਨਸਲ, ਇਹਦਾ ਪੁੱਤ ਬੈਠਾ ਹੈ ਡੇਵਿਡ ਦਾ ਜੀ। ਇੱਕ ਪਹਿਲਾਂ ਆਪਾਂ ਦੇਖ ਲਈਏ ਡੇਵਿਡ ਦਾ ਜਿਹੜਾ ਐਤਕੀ ਪੱਠਾ ਹੈ, ਆਹ ਪੱਠੀ। ਲਓ ਜੀ, ਡੇਵਿਡ ਦੀ ਜਿਵੇਂ ਕਹਿੰਦੇ ਆ ਵੀ ਜੋ ਸ਼ਕਲ ਸੂਰਤ ਕਾਫੀ ਲੰਮੀ ਝੁੰਝ ਹੈ ਜੀ ਇਹਦੀ, ਦੇਖੋ
ਜਿਵੇਂ ਬਗਲੇ ਦੀ ਚੁੰਝ ਹੁੰਦੀ ਆ, ਕਾਫੀ ਲੰਮੀ ਚੁੰਝ ਹੈ ਦੇਖਣ ਨੂੰ ਗਈ, ਬਿਲਕੁਲ ਚਿੱਟੇ ਸਫੈਦ ਬੱਚੇ ਆ ਜੀ, ਖੱਟੀਆਂ ਅੱਖਾਂ ਦੇ ਡਿਵਡ ਦੇ, ਅਤੇ ਨਾਲ ਡਿਵਡ ਦਾ ਬੱਚਾ ਫਿਰ ਇਹਨਾਂ ਦੇ ਕੋਲ ਆ, ਦੇਖੋ ਜੀ ਸ਼ਾਹ ਅੱਖ ਆ ਪਰ ਖੱਟੀਆਂ ਅੱਖਾਂ ਕਰੂਗਾ, ਹਾਂ ਚਿੱਟੀਆਂ ਜਾਂ ਖੱਟੀਆਂ ਕਰੂਗਾ ਅੱਖਾਂ, ਇਹ ਉਹਦੇ ਡਿਵਡ ਦੇ ਬੱਚੇ ਆ ਜੀ। ਨੰਬਰ ਚਾਨਣ ਛੱਡਿਓ ਮਾੜਾ ਲਓ ਜੀ, ਲਓ ਜੀ ਹੁਣ ਆਪਾਂ ਨੂੰ ਨੰਬਰਦਾਰ ਸਾਹਿਬ ਆਪਣਾ ਮੇਨ ਜਿਹੜਾ ਕਬੂਤਰ ਹੈ ਉਹ ਦਿਖਾਉਣ ਜਾ ਰਹੇ ਆ ਜੀ। ਕੀ ਨੰਬਰਦਾਰ ਸਾਹਿਬ ਨਾਮ ਹੈ ਇਸ ਕਬੂਤਰ ਦਾ? ਇਹਦਾ ਨਾਮ ਡਿਵਡ ਹੈ ਜੀ। ਡਿਵਡ? ਹਾਂਜੀ। ਡਿਵਡ ਨਾਂ ਕਿਵੇਂ ਪਿਆ ਜੀ ਇਸ ਕਬੂਤਰ ਦਾ? ਇਹ ਡਿਵਡ ਰੱਖਿਆ ਸੀ ਰੋਬਨ ਨੇ ਸਭ ਵਾਲਿਆਂ ਨੇ ਜੀ ਦਾ ਜੀ। ਇਹ ਪੰਜ ਬਾਜੀਆਂ ਜਿੱਤਿਆ ਜੀ, ਪੰਜ ਬਾਜੀਆਂ ਜਿੱਤਿਆ ਜਿੱਤਿਆ ਵੀ ਨੀਵਾਂ ਨੀਵਾਂ ਮਤਲਬ ਜਮਾਂ ਮਤਲਬ ਪੁੱਠੇ ਬਾਜ ਬਾਜ ਕੇ ਜਿੱਤਿਆ, ਬਹੁਤ ਉੱਚਾ ਨਹੀਂ ਜੀ। ਕਿੱਥੋਂ ਆਇਆ ਕਬੂਤਰ, ਕਬੂਤਰ ਦੀ ਪੂਰੀ ਹਿਸਟਰੀ ਸਾਨੂੰ ਸੁਣਾਓ, ਉਸ ਤੋਂ ਪਹਿਲਾਂ ਆਪਾਂ ਇੱਕ ਵਾਰੀ ਕਬੂਤਰ ਚੰਗੀ ਤਰ੍ਹਾਂ ਕਲੋਜ਼ ਦਿਖਾ ਦੇਈਏ, ਅਤੇ ਪੂਰੀਆਂ ਅੱਖਾਂ ਉਖਾ ਰਹੀਆਂ ਵਿੱਚ, ਕਲੋਜ਼ ਆ ਪੂਰਾ ਪੂਰਾ, ਖੱਟੀਆਂ ਅੱਖਾਂ ਨੇੜੇ ਨਾ ਕਰੋ ਬਾਹਲਾ, ਫਿਰ ਜ਼ੂਮ ਨਹੀਂ ਹੋਣਾ ਪੂਰਾ ਕੀ। ਹਾਂਜੀ ਹਿਸਟਰੀ ਬਾਰੇ ਵੀ ਚਾਨਣਾ ਪਾਈ ਚੱਲੋ। ਇਹਦੇ ਇਹ ਆਪਣਾ ਘਰ ਦਾ ਹੀ ਪੱਠਾ ਜੀ, ਘਰ ਦਾ ਪੱਠਾ। ਹਾਂਜੀ ਕਿੱਥੋਂ ਆਏ ਸੀ ਇਹਦੇ ਮਾਂ ਬਾਪ ਹੈ ਜਿਹੜੇ ਜੀ? ਇਹਦੇ ਮਾਂ ਪਿਓ ਆਪਣੀ ਮਤਲਬ ਝਾਂਜਰ ਵਾਲੀ ਬਰੀਡ ਬਣੀ ਸੀ ਪਹਿਲਾਂ, ਜਿਹੜੀ ਪੁਰਾਣੀ ਹੈ ਜੀ, ਪੁਰਾਣੇ ਉਹੀ ਕਬੂਤਰ ਮਤਲਬ ਆਪਣੇ ਗਾਂਹ ਦੀ ਗਾਂਹ ਤੁਰੇ ਆਉਂਦੇ ਆ, ਉਹ ਸਾਰੀ ਨਸਲ ਤੁਸੀਂ ਦੇਖ ਹੀ ਲਈ ਹੈ, ਸਾਰੇ ਇਹਦੀ ਭੈਣ ਭਰਾ ਤਕਰੀਬਣੀ ਇਹੀ ਕੁਛ ਆਪਣੇ ਕੋਲ ਸਾਰਾ। ਜਿਹੜਾ ਡਿਵਡ ਨਾਂ ਪਿਆ ਉਹ ਕਿਵੇਂ ਪਿਆ ਇਸ ਕਬੂਤਰ? ਡਿਵਡ ਪੰਜ ਬਾਈਆਂ ਉੱਡਿਆ ਹੀ, ਮਤਲਬ ਉੱਡਿਆ ਵੀ ਨੀਵਾਂ ਨੀਵਾਂ ਟਿਪ 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 ਕਰਦਾ, ਉੱਥੇ ਰੋਬਨ ਨੇ ਸਾਧੂ ਵਾਲਾ ਦਾ ਡਿਵਡ ਹੈ ਡਿਵਡ ਕਹਿਣ ਲੱਗ ਗਏ ਜੀ। ਉਸ ਤੋਂ ਬਾਅਦ ਤੁਹਾਡੇ ਕੋਲ ਇਹ ਨਸਲ ਹਾਂਜੀ ਪੂਰੀ ਅੱਜ ਜੋ ਖੁੱਡਿਆਂ ਦੇ ਵਿੱਚ ਮੌਜੂਦ ਹੈ ਇਸੇ ਬਲੱਡ ਲਾਈਨ 'ਚ। ਹਾਂਜੀ ਲਓ ਜੀ ਇਹ ਕਬੂਤਰ ਹੈ ਨੰਬਰਦਾਰ ਸਾਹਿਬ, ਜੋ ਕਿ ਜ਼ਿਲ੍ਹਾ ਇਹਨਾਂ ਦਾ ਮੋਗਾ, ਪਿੰਡ ਇਹਨਾਂ ਦਾ ਰਹਿ ਗਿਆ ਲੰਘਿਆਣਾ ਰੋਡਿਆਂ ਦੇ ਨਾਲ। ਸੋ ਬਹੁਤ ਹੀ ਖੂਬਸੂਰਤ ਇਹਨਾਂ ਦੇ ਕੋਲ ਕਬੂਤਰ ਹੈ, ਬੜੇ ਨੀਵੇਂ ਉੱਡਦੇ ਇਹਨਾਂ ਦੇ ਕਬੂਤਰ। ਖਾਸ ਚੀਜ਼ ਇਹ ਹੈ ਕਾਫੀ ਬਾਜੀਆਂ ਮੈਂ ਇਹਨਾਂ ਦੇ ਨਾਲ ਛੱਡੀਆਂ, ਅਤੇ ਕਰੀਬ ਕਰੀਬ ਇਹ ਹਿੱਸਾ ਬਾਜੀ 'ਚੋਂ ਜੇ ਆਪਾਂ 10 ਬਾਜੀਆਂ ਛੱਡੀਆਂ ਤਾਂ ਜ਼ਰੂਰ 5-7 'ਚੋਂ ਹਿੱਸਾ ਲੈਂਦੇ ਆ। ਸੋ ਅੱਜ ਇਹਨਾਂ ਦੇ ਆਪਾਂ ਨੂੰ ਮੌਕਾ ਮਿਲਿਆ ਸੀ ਘਰ ਆਉਣ ਦਾ, ਤਾਂ ਥੋੜ੍ਹੀ ਜਿਹੀ ਆਪਾਂ ਵੀਡੀਓ ਬਣਾਉਣ ਲੱਗੇ ਹਾਂ ਇਹਨਾਂ ਦੇ ਕਬੂਤਰਾਂ ਦੀ। ਅਤੇ ਹੁਣ ਹੋਰ ਕੋਈ ਵੀ ਆਪਣੇ ਕੋਲ ਕਿਹੜੀ ਕਿਹੜੀ ਨਸਲ ਹੈ ਡਿਵਡ ਤੋਂ ਇਲਾਵਾ? ਡਿਵਡ ਤੋਂ ਪੰਜਾਬ ਦਾ ਵਕੀਲ ਸਾਹਿਬ ਕਹਿੰਦੇ ਆ, ਬਹਿਣੀਵਾਲ ਬਹਿਣੀਵਾਲ ਅਤੇ ਜਾਂ ਬਾਊ ਤੋਂ ਬਿੱਲੀ ਤੋਂ ਆਏ, ਮਤਲਬ ਤੁਹਾਡੇ ਕੋਲ ਜਾਂ ਦੋ ਬੰਦਿਆਂ ਦੀ ਤੁਹਾਡੇ ਤੋਂ ਇਲਾਵਾ ਨਸਲ ਹੋਰ ਹੈ ਖੁੱਡੇ ਦੇ ਵਿੱਚ? ਹਾਂਜੀ ਹਾਂਜੀ ਬਹੁਤ ਉਹਦਾ ਇੱਕ ਹੀ ਲੈ ਕੇ ਆਉਂਦੇ ਬਿੱਲੇ ਤੋਂ ਜੀ, ਕੀ ਸਭ ਕੇ ਪਹਿਲਾਂ ਲਏ ਸੀ ਜੀ। ਇਸ ਤੋਂ ਇਲਾਵਾ ਹੋਰ ਤੁਹਾਡੇ ਫੇਵਰੇਟ ਕਬੂਤਰ ਡਿਵਡ ਤੋਂ ਇਲਾਵਾ? ਬਸ ਇਹ ਤ੍ਰਿਮਣੀ ਦੀ ਜਿੰਨੇ ਭੈਣ ਭਰਾ ਸਾਰੇ ਵਧੀਆ, ਇਸੇ ਦੇ ਵਧੀਆ, ਇਹਦੀ ਲਾਦ ਵੀ ਪੂਰੀ ਉੱਡਦੀ ਇਹਨਾਂ ਦੀ ਜੀ, ਮਤਲਬ ਆਪ ਵੀ ਪੂਰੇ ਚੰਗੇ ਉੱਡੇ ਜੀ।
ਕਿੱਥੇ ਕਿੱਥੇ ਇਹ ਜਿਹੜਾ ਡਿਵ ਡੱਬਾ ਜੀ ਛੱਡਿਆ ਤੁਸੀਂ? ਇਹ ਕੱਚਰਪੰਨ ਜੀ, ਤਾਰੇ ਵਾਲੇ ਜੀ, ਅਤੇ ਦੋ ਬਾਈ ਚੇਰ ਸਿੰਘ ਵਾਲੇ ਜੀ, ਅਤੇ ਉੱਥੇ ਪਹਿਲੀ ਵਜੇ ਤੇ ਭੱਬੇ ਡਾਂਡੇ, ਭੱਬੇ ਡਾਂਡੇ, ਭੱਬੇ ਡਾਂਡੇ ਤੋਂ ਸ਼ੁਰੂਆਤ ਕੀਤੀ ਸੀ। ਇੱਕ ਤੁਸੀਂ ਜ਼ਿਕਰ ਕੀਤਾ ਸੀ ਕਬੂਤਰ ਕਿਸੇ ਦੇ ਕੋਲ ਹੋਰ ਵੀ ਰਹਿ ਕੇ ਆਇਆ? ਇਹ ਰੋਬਨ ਕੋਲ ਰਹਿ ਕੇ ਆਇਆ 3 ਮਹੀਨੇ, ਰੋਬਨ ਸਾਧੂ ਵਾਲਾ, ਸਾਧੂ ਉਹਦੇ ਕੋਲ ਵੀ ਰਹਿ ਕੇ ਆਇਆ। ਠੀਕ ਹੈ ਜੀ, ਲਓ ਜੀ ਡਿਵਡ ਨਸਲ ਦੁਬਾਰ ਤੋਂ ਫਿਰ ਇੱਕ ਵਾਰੀ ਥੋੜ੍ਹੀ ਜਿਹੀ ਕਲੋਜ਼ ਕਰਕੇ ਦਿਖਾਈਏ ਤੁਹਾਨੂੰ। ਚਿੱਟੇ ਵੀ ਨਿਕਲਦੇ ਜਾਂ ਸਾਰੇ ਲਾਲ ਚੀਨੇ? ਚਿੱਟੇ ਸਾਫ ਵੀ, ਸਾਰੇ ਰੰਗ ਕੱਢਦੇ, ਸਾਰੇ ਵੀ ਕਾਲੇ ਗੂੜੇ ਵੀ ਕੱਢਦੇ ਜੀ। ਗੂੜੇ ਕਾਲੇ। ਸ਼ੁਰੂਆਤ 'ਚ ਜਦੋਂ ਤੁਹਾਡੇ ਕੋਲ ਇਹਦੇ ਮਾਂ ਪਿਓ ਆਏ ਸੀ ਉਹ ਕਿੱਥੋਂ ਆਏ ਸੀ? ਸ਼ੁਰੂਆਤ 'ਚ ਇਹ ਮੇਰਾ ਪਿਓ ਸੀ, ਉਹ ਵੀ ਆਪਣਾ ਘਰ ਦਾ ਹੀ ਪੱਠਾ ਸੀ ਜੀ, ਅਤੇ ਮਾਂ ਵੀ ਮਤਲਬ ਆਪਣੇ ਵੱਡੇ ਜੋੜੇ ਦੀ ਸੀ, ਮਤਲਬ ਗਾਂਹ ਪਛਾਹ ਕਰਕੇ ਲਾਏ ਵੇ ਮੇਰੇ ਸਾਰੇ ਜੀ। ਜੀ ਜੀ, ਇਹਨੂੰ ਤਾਂ ਛੱਡ ਦਿਓ ਖੁੱਡੇ ਦੇ ਵਿੱਚ ਇੱਕ ਵਾਰੀ। ਕੁਛ ਥੋੜੀ ਜਿਹੀ ਹੋਰ ਆਪਾਂ ਝਲਕ ਦਿਖਾਉਂਦੇ ਹਾਂ ਨੰਬਰਦਾਰ ਸਾਹਿਬ ਦੇ ਕਬੂਤਰਾਂ ਦੀ। ਹਾਂਜੀ, ਇਸ ਦੇ ਵਿੱਚ ਵੀ ਡਿਵਡ ਦੀ ਨਸਲ ਹੈ ਪੂਰੀ, ਡਿਵਡ ਦਾ ਭਰਾਈ ਹੈ ਜੀ। ਡਿਵਡ ਦਾ ਜੋ ਭਰਾ ਹੈ ਉਹਨੂੰ ਹਾ ਰਹੇ ਹਾਂ ਜੀ। ਵੇਖਣ ਨੂੰ ਸ਼ਹਿਰੀ ਕਬੂਤਰ ਜਿਹਨੂੰ ਆਪਾਂ ਪਾਕਿਸਤਾਨੀ ਕਬੂਤਰ ਕਹਿ ਦਿੰਦੇ ਹਾਂ ਉਸ ਤਰ੍ਹਾਂ ਦੇ ਹੈ, ਅਤੇ ਆਹ ਤੁਸੀਂ ਦੇਖੋ ਜਿਵੇਂ ਕਿ ਪਾਕਿਸਤਾਨੀ ਕਾਲਸਰੇ ਕਬੂਤਰ ਹੁੰਦੇ ਆ, ਦੇਖਣ ਨੂੰ ਇਹ ਨਸਲ ਉਸ ਤਰ੍ਹਾਂ ਦੀ ਪਰ ਬਿਲਕੁਲ ਉਹਨਾਂ ਦੇ ਓਪੋਜਿਟ ਹੈ ਜੀ। ਬਿਲਕੁਲ ਨੀਵੇਂ, ਸਿਰਫ ਟਾਵਰ ਜਿੰਨੇ ਉੱਚੇ ਇਹ ਕਬੂਤਰ ਉੱਡਦੇ ਆ, ਅਤੇ ਬਹੁਤ ਹੀ ਜ਼ਿਆਦਾ ਜ਼ੋਰ ਲਾਉਂਦੇ ਆ ਐਂਡ ਤਿੱਕਰ। ਦੇਖਣ ਨੂੰ ਤੁਸੀਂ ਦੇਖ ਸਕਦੇ ਹੋ, ਬਿਲਕੁਲ ਕੋਈ ਜ਼ਿਆਦਾ ਨੌਲੇਜ ਨਹੀਂ ਮੈਨੂੰ, ਟੈਡੀ ਪਾਕਿਸਤਾਨੀ ਕਾਫੀ ਇਹੋ ਜਿਹੀਆਂ ਨਸਲਾਂ ਹੈਗੀਆਂ ਜੋ ਕਿ ਇਹ ਬਿਲਕੁਲ ਉਹਨਾਂ ਦੇ ਉਲਟ ਨੰਬਰਦਾਰ ਸਾਹਿਬ ਕੋਲ ਜੋ ਕਬੂਤਰ ਹੈ ਬਿਲਕੁਲ ਹੀ ਉਹਨਾਂ ਦੇ ਉਲਟ ਹੈ, ਆਪੋਜਿਟ ਹੈ। ਦੇਖੋ ਬਹੁਤ ਨੀਵੇਂ ਉੱਡਦੇ ਆ ਜੀ ਇਹ ਕਬੂਤਰ, ਇਵੇਂ ਨਹੀਂ ਨੀਵੇਂ ਉੱਡਦੇ, ਬਹੁਤ ਉੱਚੇ ਵੀ ਜਾਂਦੇ, ਵਿੱਚ ਉੱਚੇ ਵੀ ਉੱਡਦੇ ਆ ਪਰ ਜ਼ਿਆਦਾ ਮਾਤਰਾ ਨੀਵੇਂ, ਜ਼ਿਆਦਾ ਨੀਵੇਂ ਰਹਿੰਦੇ ਆ। ਕਈ ਕਬੂਤਰ ਜਿਵੇਂ ਕਹਿੰਦੇ ਬਾਈ ਦੇ ਉੱਪਰੋਂ ਆ ਕੇ ਥੱਲੇ ਬਹਿ ਜਾਂਦੇ ਆ ਜੀ, ਇਹ ਥੱਲੇ ਵੀ ਉਹਨਾਂ ਜ਼ੋਰ ਲਾ ਜਾਂਦੇ ਆ। ਆਪਾਂ ਹੋਰ ਝਲਕ ਵਿਖਾਉਂਦੇ ਹਾਂ ਕਬੂਤਰਾਂ ਦੀ ਨੇੜੇ ਕਰਕੇ। ਦੇਖੋ ਜੀ ਥੋੜ੍ਹੀ ਜਿਹੀ ਹੋਰ ਤੁਹਾਨੂੰ ਝਲਕ ਵਿਖਾਉਂਦੇ ਹਾਂ ਕਬੂਤਰਾਂ ਦੀ ਨੇੜੇ ਕਰਕੇ। ਦੇਖੋ ਜੀ ਕਾਲਸਰਾ ਪਿਓਰ ਚਿੱਟੀਆਂ ਅੱਖਾਂ ਦੇ, ਖੱਟੀਆਂ ਅੱਖਾਂ ਦੇ, ਬਿੱਲੀ ਅੱਖ ਦੇ, ਕਾਲੇ ਮਖਿਆਲੇ, ਲਾਲ ਚੀਨੇ, ਕਾਲੇ ਚੀਨੇ, ਸਫੈਦ ਚਿੱਟੇ, ਹਰ ਤਰ੍ਹਾਂ ਦੀ ਜੋ ਨਸਲ ਹੈ ਇਸ ਖੁੱਡੇ ਦੇ ਵਿੱਚ, ਜੋ ਕਿ ਜ਼ਿਲ੍ਹਾ ਮੋਗਾ ਦੇ ਵਿੱਚ ਪੈਂਦਾ ਜੀ, ਲੰਗਿਆਣਾ ਪਿੰਡ ਨੰਬਰਦਾਰ ਸਾਹਿਬ। ਹਾਂਜੀ, ਪਿਓਰ ਆਪਣੇ ਚੀਨੇ, ਇਹ ਚੀਨੇ ਪਿਓਰ ਹੈ ਜੀ, ਇਹਨਾਂ ਦੇ ਦੱਸਣ ਦੇ ਮੁਤਾਬਕ ਵੀ ਇਹਨਾਂ ਦੇ ਪਿਓਰ ਚੀਨੇ ਹੈ ਜੀ। ਕਿਉਂਕਿ ਹੁਣੇ ਇਹਨਾਂ ਨੇ ਇੱਕ ਜ਼ਿਕਰ ਕੀਤਾ ਸੀਗਾ ਕਿ ਬਿਲਕੁਲ ਇੱਥੋਂ
ਅੱਧਾ ਕਿਲੋਮੀਟਰ ਤੇ ਪਿੰਡ ਆ ਜੀ, 10 ਕਿਲਿਆਂ ਦਾ ਹੀ ਸਨ ਆ ਜੀ। ਉੱਥੇ ਵੀ ਜੇ ਨਿਗਾਹਾ ਪੈਂਦਾ ਹੈ, 10 ਘਰ ਹੀ ਆ ਉੱਥੇ, ਕਬੂਤਰ ਨੂੰ ਛੱਡ ਦਿੰਦੇ ਤੇ ਇੱਥੇ ਘਰੇ ਨੀ ਆਉਂਦਾ ਜੀ ਨਿਗਾਹੇ। ਐਤਕੀ ਤੁਸੀਂ ਦੋ ਕਬੂਤਰ ਛੱਡੇ ਸੀ? ਦੋ ਕਬੂਤਰ ਛੱਡੇ ਸੀ ਜੀ, ਦੋਨੇ ਉੱਥੇ ਬੈਠ ਕੇ ਹਰੇ ਆ, ਦੋਨੇ ਉੱਥੇ ਕਬੂਤਰ ਸਾਡੇ ਪਿੰਡ ਆਉਣ ਜਾਣ ਕਰਦੇ ਨੇ ਜੀ, ਆਪਣੇ ਉੱਥੇ ਹੀ ਬੈਠੇ ਦੋਨੇ। ਮਤਲਬ ਜੀ ਉੱਥੇ 70-80 ਦੇ ਲਗਭਗ ਕਬੂਤਰ ਛੁੱਟੇ ਸੀਗੇ ਜੀ, ਉਹਨਾਂ ਚੋਂ 50 ਕਬੂਤਰ ਆਪਣੇ ਪਿੰਡ ਆਏ ਹੋਣਗੇ ਜੀ ਜੀ, ਆਪਣੇ ਕਬੂਤਰ ਉੱਥੇ ਉੱਡੇ ਜੀ। ਚੱਲ ਓਕੇ ਲਓ ਜੀ, ਹੁਣ ਆਪਾਂ ਨੂੰ ਨੰਬਰਦਾਰ ਸਾਹਿਬ ਆਪਣਾ ਮੇਨ ਜਿਹੜਾ ਕਬੂਤਰ ਹੈ ਉਹ ਦਿਖਾਉਣ ਜਾ ਰਹੇ ਆ ਜੀ। ਕੀ ਨੰਬਰਦਾਰ ਸਾਹਿਬ ਨਾਮ ਹੈ ਇਸ ਕਬੂਤਰ ਦਾ? ਇਹਦਾ ਨਾਮ ਡੇਵਿਡ ਹੈ ਜੀ। ਡੇਵਿਡ? ਹਾਂਜੀ। ਡੇਵਿਡ ਨਾਂ ਕਿਵੇਂ ਪਿਆ ਜੀ ਇਸ ਕਬੂਤਰ ਦਾ? ਇਹ ਡੇਵਿਡ ਰੱਖਿਆ ਸੀ ਰੋਮਨ ਨੇ ਸਾਊਥ ਵਾਲਿਆਂ ਨੇ ਇਹਦਾ ਜੀ। ਇਹ 5 ਬਾਜ਼ੀਆਂ ਜਿੱਤਿਆ ਜੀ, 5 ਬਾਜ਼ੀਆਂ ਜਿੱਤਿਆ ਜੀ, ਨੀਵਾਂ ਮਤਲਬ ਜਮਾਂ ਮਤਲਬ ਪੁੱਠਿਆਂ 'ਚ ਬਾਜ਼ੀ ਕੇ ਜਿੱਤਿਆ, ਬਹੁਤ ਉੱਚਾ ਨਹੀਂ ਜੀ। ਕਿੱਥੋਂ ਆਇਆ ਕਬੂਤਰ, ਕਬੂਤਰ ਦੀ ਪੂਰੀ ਹਿਸਟਰੀ ਸਾਨੂੰ ਸੁਣਾਓ। ਉਸ ਤੋਂ ਪਹਿਲਾਂ ਆਪਾਂ ਇੱਕ ਵਾਰੀ ਕਬੂਤਰ ਚੰਗੀ ਤਰ੍ਹਾਂ ਕਲੋਜ਼ ਦਿਖਾ ਦਈਏ, ਤੇ ਪੂਰੀਆਂ ਅੱਖਾਂ ਉਖਾ ਰਹੀਆਂ ਵਿੱਚ, ਕਲੋਜ਼ ਆ ਪੂਰਾ ਪੂਰਾ, ਖੱਟੀਆਂ ਅੱਖਾਂ ਨੇੜੇ ਨਾ ਕਰੋ ਬਾਹਲਾ, ਫਿਰ ਜ਼ੂਮ ਨਹੀਂ ਹੋਣਾ ਪੂਰਾ ਕੀ। ਹਾਂਜੀ, ਹਿਸਟਰੀ ਬਾਰੇ ਵੀ ਚਾਨਣਾ ਪਾਈ ਚਲੋ। ਇਹਦੇ ਇਹ ਆਪਣਾ ਘਰ ਦਾ ਹੀ ਪੱਠਾ ਜੀ, ਘਰ ਦਾ ਪੱਠਾ। ਹਾਂਜੀ, ਕਿੱਥੋਂ ਆਏ ਸੀ ਇਹਦੇ ਮਾਂ ਬਾਪ ਹੈ ਜਿਹੜੇ ਜੀ? ਇਹਦੇ ਮਾਂ ਪਿਓ ਆਪਣੀ ਮਤਲਬ ਝਾਂਜਰ ਵਾਲੀ ਬਰੀਡ ਬਣੀ ਸੀ ਪਹਿਲਾਂ, ਜਿਹੜੀ ਪੁਰਾਣੀ ਹੈ ਜੀ, ਪੁਰਾਣੇ ਉਹੀ ਕਬੂਤਰ ਮਤਲਬ ਆਪਣੇ ਗਾਂਹ ਦੀ ਗਾਂਹ ਤੁਰੇ ਆਉਂਦੇ ਆ, ਸਾਰੀ ਨਸਲ ਤੁਸੀਂ ਦੇਖ ਹੀ ਲਈ ਹੈ, ਸਾਰੇ ਇਹਦੀ ਭੈਣ ਭਰਾ ਦੀ ਬਣੀ ਇਹੀ ਕੁਛ ਆਪਣੇ ਕੋਲ ਸਾਰਾ। ਜਿਹੜਾ ਡਿਵਡ ਨਾਂ ਪਿਆ ਉਹ ਕਿਵੇਂ ਪਿਆ ਇਸ ਕਬੂਤਰ? ਡਿਵਡ 5 ਬਾਜ਼ੀਆਂ ਉੱਡਿਆ ਜੀ, ਮਤਲਬ ਉੱਡਿਆ ਵੀ ਨੀਵਾਂ ਟਿਪ ਕਰਦਾ, ਉੱਥੇ ਰੋਬਨ ਨੇ ਸਾਧੂ ਵਾਲਾ ਡਿਵਡ ਆ ਡਿਵਡ ਕਹਿਣ ਲੱਗ ਗਏ ਜੀ। ਉਸ ਤੋਂ ਬਾਅਦ ਤੁਹਾਡੇ ਕੋਲ ਇਹ ਨਸਲ ਹਾਂਜੀ ਪੂਰੀ ਅੱਜ ਜੋ ਖੁੱਡਿਆਂ ਦੇ ਵਿੱਚ ਮੌਜੂਦ ਹੈ, ਇਸੇ ਬਲੱਡ ਲਾਈਨ 'ਚ। ਹਾਂਜੀ, ਲਓ ਜੀ ਇਹ ਕਬੂਤਰ ਹੈ ਨੰਬਰਦਾਰ ਸਾਹਿਬ, ਜੋ ਕਿ ਜ਼ਿਲ੍ਹਾ ਇਹਨਾਂ ਦਾ ਮੋਗਾ, ਪਿੰਡ ਇਹਨਾਂ ਦਾ ਰਹਿ ਗਿਆ ਲੰਘਿਆਣਾ ਰੋਡਿਆਂ ਦੇ ਨਾਲ। ਸੋ ਬਹੁਤ ਹੀ ਖੂਬਸੂਰਤ ਇਹਨਾਂ ਦੇ ਕੋਲ ਕਬੂਤਰ ਹੈ, ਬੜੇ ਨੀਵੇਂ ਉੱਡਦੇ ਇਹਨਾਂ ਦੇ ਕਬੂਤਰ। ਖਾਸ ਚੀਜ਼ ਇਹ ਹੈ, ਕਾਫੀ ਬਾਜ਼ੀਆਂ ਮੈਂ ਇਹਨਾਂ ਦੇ ਨਾਲ ਛੱਡੀਆਂ, ਅਤੇ ਕਰੀਬ ਕਰੀਬ ਇਹ ਹਿੱਸਾ ਬਾਜ਼ੀ 'ਚੋਂ ਜੇ ਆਪਾਂ 10 ਬਾਜ਼ੀਆਂ ਛੱਡੀਆਂ ਤਾਂ ਜ਼ਰੂਰ 5-7 ਚੋਂ ਹਿੱਸਾ ਲੈਂਦੇ ਆ। ਸੋ ਅੱਜ ਇਹਨਾਂ ਦੇ ਆਪਾਂ ਨੂੰ ਮੌਕਾ ਮਿਲਿਆ ਸੀ ਘਰ ਆਉਣ ਦਾ, ਤਾਂ ਥੋੜ੍ਹੀ ਜਿਹੀ ਆਪਾਂ ਵੀਡੀਓ ਬਣਾਉਣ ਲੱਗੇ ਹਾਂ ਇਹਨਾਂ ਦੇ ਕਬੂਤਰਾਂ ਦੀ। ਅਤੇ ਹੁਣ ਹੋਰ ਕੋਈ ਵੀ ਆਪਣੇ ਕੋਲ ਕਿਹੜੀ ਕਿਹੜੀ ਨਸਲ ਹੈ ਡਿਵਡ ਤੋਂ ਇਲਾਵਾ? ਡਿਵਡ ਤੋਂ ਪੰਜਾਬ ਵਕੀਲ ਸਾਹਿਬ ਕਹਿੰਦੇ ਆ, ਬਹਿਣੀਵਾਲ ਜੀ, ਅਤੇ ਜਾਂ ਬਾਊ ਤੋਂ ਬਿੱਲੀ ਤੋਂ ਆਏ। ਮਤਲਬ ਤੁਹਾਡੇ ਕੋਲ ਜਾਂ ਦੋ ਬੰਦਿਆਂ ਦੀ ਤੁਹਾਡੇ ਤੋਂ ਇਲਾਵਾ ਨਸਲ ਹੋਰ ਹੈ ਖੁੱਡੇ ਦੇ ਵਿੱਚ? ਹਾਂਜੀ ਹਾਂਜੀ, ਬਹੁਤ ਉਹਦਾ ਇੱਕ ਹੀ ਲੈ ਕੇ ਆਉਂਦੇ ਬਿੱਲੇ ਤੋਂ ਜੀ, ਵਕੀਲ ਸਾਹਿਬ ਕੇ ਪਹਿਲਾਂ ਲਏ ਸੀ ਜੀ। ਇਸ ਤੋਂ ਇਲਾਵਾ ਹੋਰ ਤੁਹਾਡੇ ਫੇਵਰੇਟ ਕਬੂਤਰ ਡਿਵਡ ਤੋਂ ਇਲਾਵਾ? ਬਸ ਇਹ ਤ੍ਰਿਮਣੀ ਦੀ ਜਿੰਨੇ ਭੈਣ ਭਰਾ ਸਾਰੇ ਵਧੀਆ, ਇਸੇ ਦੇ ਵਧੀਆ, ਇਹਦੀ ਲਾਦ ਵੀ ਪੂਰੀ ਉੱਡਦੀ ਇਹਨਾਂ ਦੀ ਜੀ, ਮਤਲਬ ਆਪ ਵੀ ਪੂਰੇ ਚੰਗੇ ਉੱਡੇ ਜੀ। ਕਿੱਥੇ ਕਿੱਥੇ ਇਹ ਜਿਹੜਾ ਡਿਵਡ ਆ ਬਾਜ਼ੀ ਛੱਡਿਆ ਤੁਸੀਂ? ਇਹ ਕੱਚਰ ਭੰਨ ਜੀ, ਤਾਰੇ ਵਾਲੇ ਜੀ, ਅਤੇ ਦੋ ਬਾਜ਼ੀ ਚੇਰ ਸਿੰਘ ਵਾਲੇ ਜੀ, ਅਤੇ ਉੱਥੇ ਪਹਿਲੀ ਵਜੇ ਤੇ ਭੱਬੇ ਲੈਂਦੇ ਤੋਂ ਸ਼ੁਰੂਆਤ ਕੀਤੀ ਸੀ। ਇੱਕ ਤੁਸੀਂ ਜ਼ਿਕਰ ਕੀਤਾ ਸੀ ਕਬੂਤਰ ਕਿਸੇ ਦੇ ਕੋਲ ਹੋਰ ਵੀ ਰਹਿ ਕੇ ਆਇਆ? ਇਹ ਰੋਮਨ ਕੋਲ ਰਹਿ ਗਿਆ 3 ਮਹੀਨੇ, ਰੋਮਨ ਸਾਧੂ ਵਾਲਾ, ਸਾਧੂ ਉਹਦੇ ਕੋਲ ਵੀ ਰਹਿ ਕੇ ਆਇਆ। ਠੀਕ ਹੈ ਜੀ, ਲਓ ਜੀ ਡਿਵਡ ਨਸਲ ਦੁਬਾਰਾ ਤੋਂ ਫਿਰ ਇੱਕ ਵਾਰੀ ਥੋੜ੍ਹੀ ਜਿਹੀ ਕਲੋਜ਼ ਕਰਕੇ ਦਿਖਾਈਏ ਤੁਹਾਨੂੰ। ਚਿੱਟੇ ਵੀ ਨਿਕਲਦੇ ਜਾਂ ਸਾਰੇ ਲਾਲ ਚੀਨੇ? ਚਿੱਟੇ ਸਾਫ ਵੀ, ਸਾਰੇ ਰੰਗ ਕੱਢਦੇ, ਨੀਲੇ ਵੀ, ਕਾਲੇ ਗੂੜੇ ਵੀ ਕੱਢਦੇ ਜੀ। ਗੂੜੇ ਕਾਲੇ ਸ਼ੁਰੂਆਤ 'ਚ ਜਦੋਂ ਤੁਹਾਡੇ ਕੋਲ ਇਹਦੇ ਮਾਂ ਪਿਓ ਆਏ ਸੀ ਉਹ ਕਿੱਥੋਂ ਆਏ ਸੀ? ਸ਼ੁਰੂਆਤ 'ਚ ਇਹ ਮੇਰਾ ਪਿਓ ਸੀ, ਉਹ ਵੀ ਆਪਣਾ ਘਰ ਦਾ ਹੀ ਪੱਠਾ ਸੀ ਜੀ, ਅਤੇ ਮਾਂ ਵੀ ਮਤਲਬ ਆਪਣੇ ਵੱਡੇ ਜੋੜੇ ਦੀ ਸੀ, ਮਤਲਬ ਗਾਂਹ ਪਛਾਹ ਕਰਕੇ ਲਾਏ ਵੇ ਮੇਰੇ ਸਾਰੇ ਜੀ ਜੀ ਜੀ। ਇਹਨੂੰ ਤਾਂ ਛੱਡ ਦਿਓ ਖੁੱਡੇ ਦੇ ਵਿੱਚ ਇੱਕ ਵਾਰ, ਚੀਨਾ ਤੁਹਾਡਾ ਹੈ ਬੈਠੀ ਹੋਈ ਰਸਤੇ ਜੇ ਆ ਜਿਹੜੇ ਭਾਈ ਲਾਲ ਜੇ ਤੱਲੇ ਵਾਲੇ।
ਤੇ ਕਬੂਤਰ ਕਿਹੜਾ ਜੀ? ਇੱਕ ਕਬੂਤਰ ਬਾਊ ਦਾ ਅੱਬੇ ਦੇ ਦਾ। ਠੀਕ ਆ ਜੀ। ਬਾਲਕਾਂ ਦਾ ਕਬੂਤਰ ਤੇ ਕਬੂਤਰੀ? ਇੱਕ ਕਬੂਤਰੀ ਆਪਣੀ ਡੈਵਟ ਚੋਂ ਪਿਓ। ਇਹ ਬੇਟਾ ਹੁਣ ਕ੍ਰਾਸ ਲਾਈ ਇਹ ਹੈ। ਲਓ ਜੀ ਆ ਨੰਬਰਦਾਰ ਸਾਹਿਬ ਜਗਦੇਵ ਲੰਗਿਆਣਾ, ਜਿਨ੍ਹਾਂ ਦੇ ਇਹ ਮੇਨ ਜੋੜੀਆਂ ਹੁਣ ਦਿਖਾਉਣੇ ਤੁਹਾਨੂੰ ਦੇ ਆਪਾਂ ਮੇਨ ਜੋੜੇ। ਥੋੜ੍ਹਾ ਹਨੇਰਾ ਇੱਥੇ ਤਾਂ ਮੰਨੀ ਨਹੀਂ ਮੂਵੀ ਮੈਂ ਬਾਰ ਲਾਰੀ ਜਾਰੀ ਦਾ ਬਾਰ ਲਾ ਲਈ ਮੈਂ ਦੂਜਾ ਹਾਂ ਇੱਧਰ ਇੱਧਰ ਘਰ ਬਣਾ ਕੇ ਆ ਜਾਣਗੇ ਸਾਰੇ। ਨੰਬਰਦਾਰ ਸਾਹਿਬ ਦੇ ਕਿਉਂਕਿ ਅੱਜ ਹਾਂਜੀ ਹਾਂਜੀ ਇਹ ਮੇਨ ਹਰੀਆਂ ਅੱਖਾਂ ਦਾ ਕਬੂਤਰ ਜੀ। ਠੀਕ ਹੈ ਜੀ। ਦੇਖਾਂਗੇ ਜੀ ਖੜ ਜੋ ਹਾਲੇ ਆਪਾਂ ਸਾਰੀ ਦੇਖਾਂਗੇ ਆਪਾਂ ਥੋੜ੍ਹੀ ਜਿਹੀ ਮੂਵੀ ਬਣਾ ਲਈਏ ਕਬੂਤਰਾਂ ਦੀ। ਹੁਣ ਆਪਾਂ ਨੂੰ ਨੰਬਰਦਾਰ ਸਾਹਿਬ ਮੇਨ ਕਬੂਤਰ ਦਿਖਾਉਣਗੇ ਜੀ।